ਪਰ ਖੋਦਾ ਪਹਾੜ ਅਤੇ ਹੇਠਾਂ ਨਿਕਲਿਆ ਕੀ? ਫੋਟੋਆਂ ਨਿਕਲੀਆਂ ਦੋ, ਇੱਕ ਭਗਵੰਤ ਮਾਨ ਜੀ ਦੇ ਨਿਕਲੇ, ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਹਿਬ। ਮੈਨੂੰ ਸਬੂਤ ਦੇ ਦੇਣ ਜਾਖੜ ਸਾਹਿਬ ਕਿ ਅਰਵਿੰਦ ਕੇਜਰੀਵਾਲ ਦੀ ਜਾਂ ਭਗਵੰਤ ਮਾਨ ਦੀ ਝਾਕੀ 'ਚ ਫੋਟੋ, ਅਸੀਂ ਸਾਨੂੰ ਪਾਗਲ ਸਮਝ ਰੱਖਿਆ। ਜਾਖੜ ਸਾਹਿਬ ਨਵੇਂ ਨਵੇਂ ਬੀਜੇਪੀ 'ਚ ਗਏ ਹੈ, ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ। ਕੱਲ੍ਹ ਜਦੋਂ ਬੋਲ ਰਹੇ ਸੀ ਨਾ, ਬੁੱਲ ਕੰਮ ਰਹੇ ਸੀ, ਮੈਂ ਕਿਹਾ ਕੋਈ ਨਹੀਂ ਸਿੱਖ ਜਾਊਂਗੇ ਹੌਲੀ ਹੌਲੀ। 15 ਅਗਸਤ 26 ਜਨਵਰੀ ਝਾਕੀ 'ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲਏ, ਮੇਰੀ ਔਕਾਤ ਹੈ ਨਹੀਂ। ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ, ਰਾਜਨੀਤੀ ਛੱਡ ਦੂੰਗਾ ਅਤੇ ਅਸੀਂ ਤਾਂ ਹੁਣ ਝਾਕੀ ਕੱਢਾਂਗੇ 26 ਜਨਵਰੀ ਨੂੰ। ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ, ਅਸੀਂ ਤਾਂ ਉਹ 20 ਜਨਵਰੀ ਨੂੰ ਝਾਕੀ ਪੰਜਾਬ ਭਵਨ ਦਿੱਲੀ ਲਿਜਾ ਕੇ ਖੜਾ ਦਾਂਗੇ। ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ 'ਤੇ ਕੱਢਿਆ ਕਰਾਂਗੇ। ਕੀ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ? ਕੀ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ? ਕੀ ਤੁਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ? ਕੀ ਕਰਤਾਰ ਸਿੰਘ ਸਰਾਭਾ, ਕੀ ਊਧਮ ਸਿੰਘ, ਲਾਲਾ ਲਾਜਪਤ ਰਾਏ, ਸੁਖਦੇਵ, ਰਾਜਗੁਰੂ, ਕੀ ਇਹਨਾਂ ਤੋਂ ਵੱਡੇ ਹੋ ਗਏ ਮੋਦੀ? ਕਿਵੇਂ ਮਤਲਬ ਵੀ ਝਾਕੀ ਦੇ ਵਿੱਚ ਸਾਡੀ ਫੋਟੋ ਲੱਗੂ? ਤੁਸੀਂ ਮੰਨਦੇ ਹੋ ਇਸ ਗੱਲ? ਜਾਖੜ ਸਾਹਿਬ ਇਹ ਦੱਸ ਦੇਣ, ਮੈਨੂੰ ਸਬੂਤ ਦੇ ਦੇਣ ਜਾਖੜ ਸਾਹਿਬ ਕਿ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਦੀ ਝਾਕੀ 'ਚ ਫੋਟੋ, ਅਸੀਂ ਸਾਨੂੰ ਪਾਗਲ ਸਮਝ ਰੱਖਿਆ। ਅਸਲ 'ਚ ਨਾ, ਜਾਖੜ ਸਾਹਿਬ ਨਵੇਂ ਨਵੇਂ ਬੀਜੇਪੀ 'ਚ ਗਏ ਹੈ, ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ। ਕੱਲ੍ਹ ਜਦੋਂ ਬੋਲ ਰਹੇ ਸੀ ਨਾ, ਬੁੱਲ ਕੰਬ ਰਹੇ ਸੀ, ਮੈਂ ਕਿਹਾ ਕੋਈ ਨਹੀਂ ਸਿੱਖ ਜਾਊਂਗੇ ਹੌਲੀ ਹੌਲੀ। ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਹੈ, ਆਹ ਬੋਲ ਦਿਓ ਜਾ ਕੇ। ਸੋ ਮੈਂ ਜਾਖੜ ਸਾਹਿਬ ਨਾਲ ਮੇਰੀ ਹਮਦਰਦੀ ਹੈ, ਜਾਖੜ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ 26 ਜਨਵਰੀ ਝਾਕੀ 'ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲਏ, ਮੇਰੀ ਔਕਾਤ ਹੈ ਨਹੀਂ? ਤੁਸੀਂ ਸਾਬਤ ਕਰ ਦਿਓ, ਰਾਜਨੀਤੀ ਛੱਡ ਦੂੰਗਾ। ਇੱਦੋਂ ਵੱਧ ਕਹਿ ਸਕਦਾ? ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ, ਰਾਜਨੀਤੀ ਛੱਡ ਦੂੰਗਾ। ਇੱਦੋਂ ਵੱਧ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ, ਮੈਂ ਰਾਜਨੀਤੀ ਛੱਡ ਦੂੰਗਾ? ਇੱਦੋਂ ਵੱਡੀ ਕੋਈ ਗੱਲ ਕਹਿ ਸਕਦੇ ਹਾਂ ਜੀ? ਜਾਖੜ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਵੀ ਨਾ ਫਿਰ ਪੰਜਾਬ 'ਚ ਆਇਓ ਫਿਰ, ਜੇ ਤੁਸੀਂ ਝੂਠੇ ਸਾਬਤ ਹੋ ਗਏ। ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਇੰਦਰਾ ਗਾਂਧੀ ਨਾਲ, ਇੱਥੇ ਲੁਧਿਆਣੇ PAU 'ਚ ਜਦੋਂ ਮੈਂ ਇਕੱਲੇ ਨੇ ਡਿਬੇਟ ਕੀਤੀ ਸੀ, ਉਦੋਂ ਡਿਬੇਟਾਂ 'ਤੇ ਆਉਂਦੇ? ਡਿਬੇਟਾਂ 'ਤੇ ਤਾਂ ਆਉਂਦੇ ਨਹੀਂ। ਆਹੀ ਛੋਟੀ ਛੋਟੀ ਕਿੱਚ ਕਿੱਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਇੱਥੇ, ਇੱਥੇ ਤਾਂ ਆਏ ਨਹੀਂ। ਹੁਣ ਰੋਜ਼ ਆਹ ਕਿਹੜਾ ਬਹਾਨਾ ਹੋ ਗਿਆ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਫੋਟੋ ਲਾ ਲਈ, ਅਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਝਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ, ਇਹਦਾ ਮਤਲਬ ਉਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ, ਅਤੇ 9 ਵਾਰ ਤਾਂ ਇਹੀ ਹੋਣਗੇ, ਵਿੱਚੋਂ 5-7 ਵਾਰ ਤਾਂ ਹੋਣਗੇ, ਅਤੇ ਇਹਦਾ ਮਤਲਬ ਇਹਨਾਂ ਨੇ ਝਾਕੀ ਦਾ ਵਿਰੋਧ ਵੀ ਨਹੀਂ ਕੀਤਾ, ਅਤੇ ਅਸੀਂ ਤਾਂ ਹੁਣ ਝਾਕੀ ਕੱਢਾਂਗੇ 26 ਜਨਵਰੀ ਨੂੰ। ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ, ਅਸੀਂ ਤਾਂ ਉਹ 20 ਜਨਵਰੀ ਨੂੰ ਝਾਕੀ ਪੰਜਾਬ ਭਵਨ ਦਿੱਲੀ ਲਿਜਾ ਕੇ ਖੜਾ ਦਾਂਗੇ, ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ 'ਤੇ ਕੱਢਿਆ ਕਰਾਂਗੇ। ਕਿ ਆਹ ਝਾਕੀ ਹੈ ਜੀ, ਕੀ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ? ਕੀ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ? ਕੀ ਤੁਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ? ਕੀ ਕਰਤਾਰ ਸਿੰਘ ਸਰਾਭਾ, ਕੀ ਊਧਮ ਸਿੰਘ, ਲਾਲਾ ਲਾਜਪਤ ਰਾਏ, ਸੁਖਦੇਵ, ਰਾਜਗੁਰੂ, ਕੀ ਇਹਨਾਂ ਤੋਂ ਵੱਡੇ ਹੋ ਗਏ ਮੋਦੀ? ਇਹ ਮੋਦੀ ਚੁਣਿਆ ਕਰੂਗਾ ਹੁਣ? ਇਹ ਮੋਦੀ ਚੁਣਿਆ ਕਰੂਗਾ ਕਿ ਕਿਹਨੂੰ ਦਿਖਾਉਣਾ, ਕਿਹਨੂੰ ਨਹੀਂ ਦਿਖਾਉਣਾ? ਸਾਡੇ ਕਲਚਰ ਨੂੰ, ਸੱਭਿਆਚਾਰ ਨੂੰ ਉਹ ਸਮਝਦੇ ਕੱਖ ਨਹੀਂ? ਆਹ ਪਈਆਂ, ਆਹ ਪੰਜਾਬ ਦੀ ਸੀ, ਆਹ ਮਹਾਰਾਸ਼ਟਰ ਦੀ ਹੈ,
ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ, ਆਹ ਗੋਆ ਦੀ ਹੈ, ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ, ਆਹ ਉੱਤਰ ਪ੍ਰਦੇਸ਼ ਦੀ ਹੈ, ਆਹ ਵੀ ਤਾਂ ਕਲਚਰ ਹੀ ਆ ਉਹਨਾਂ ਦਾ, ਸਾਡੇ ਚ ਸਾਡੇ ਕੋਲ ਕੀ ਘੱਟ ਹੈ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ? ਝਾਕੀਆਂ ਦੇਖ ਕੇ ਕਵਰੇਜ ਕਰਕੇ ਬੰਦ